हाँ जी बच्चों, गुड मॉर्निंग टू ऑल ऑफ यू। आज मैं तुहानू सवेरे मैं दस्या है बेटा, ते जिस तरह लिखे अपना आजादी का अमृत महाउत्सव ये मनाने की शुरुआत कर जा रहे हैं। सो तुहानू पता है देश साडा कदों आजाद होया सी, 15 अगस्त 1947 नूं साडा देश आजाद होया सी। ਇਹ ਭਾਵੇਂ ਕਿ ਅਜੇ ਇਸਦੀ 75ਵੀਂ ਵਰੇਗੰਢ ਹੈ ਜਿਹੜੀ ਅਸੀਂ ਆਜ਼ਾਦੀ ਦੀ ਮਨਾਉਣ ਜਾ ਰਹੇ ਹਾਂ। 75 ਸਾਲ ਅਜੇ ਨਹੀਂ ਹੋਏ ਪਰ 2022 ਦੇ ਵਿੱਚ ਸਾਡੇ ਦੇਸ਼ ਆਜ਼ਾਦ ਹੋਣ ਨੂੰ 75 ਸਾਲ ਹੋ ਜਾਣਗੇ। ਇਹ ਜਿਹੜੀ ਇਹ ਆਜ਼ਾਦੀ ਦੇ ਜਸ਼ਨ ਜਿਹੜੇ ਅਸੀਂ ਜਾਂ ਮਹਾ ਉਤਸਵ, ਉਤਸਵ ਦਾ ਮਤਲਬ ਹੁੰਦਾ ਆਪਾਂ ਤਿਉਹਾਰ ਮਨਾਉਂਦੇ ਹਾਂ, ਮਹਾ ਉਤਸਵ ਦਾ ਮਤਲਬ ਹੁੰਦਾ ਵੱਡਾ ਤਿਉਹਾਰ ਮਨਾਉਣਾ। ਇਹ ਇੱਕ ਬਹੁਤ ਹੀ ਵੱਡੀ ਇਤਿਹਾਸਕ ਜਿਹੜੀ ਘਟਨਾ ਸਾਡੇ ਦੇਸ਼ ਦੇ ਵਿੱਚ ਜਿਹੜੀ ਹੈ, ਜਿਸ ਨੂੰ ਅਸੀਂ ਇਤਿਹਾਸ ਦੇ ਵਿੱਚ ਕਿਸੇ ਵੀ ਮਹੱਤਵਪੂਰਨ ਘਟਨਾ ਦਾ ਜ਼ਿਕਰ ਕਰਿਆ ਜਾਂਦਾ ਹੈ। ਸੋ ਅਸੀਂ ਵੱਖ ਵੱਖ ਤੌਰ ਤੇ ਜਿਹੜੀ ਭਾਰਤ ਦੀ ਆਜ਼ਾਦੀ ਦਾ ਦਿਹਾੜਾ, ਇਹ ਇੱਕ ਬਹੁਤ ਵੱਡਾ ਦਿਨ ਸੀ ਸਾਡੇ ਭਾਰਤੀਆਂ ਦੇ ਵਾਸਤੇ, ਕਿਉਂਕਿ ਸਾਨੂੰ ਪਤਾ ਹੈ ਅਸੀਂ ਅੰਗਰੇਜ਼ਾਂ ਦੇ ਗੁਲਾਮ ਰਹੇ ਹਾਂ ਬਹੁਤ ਸਮਾਂ, ਤਕਰੀਬਨ 200 ਸਾਲ ਅਸੀਂ ਗੁਲਾਮ ਰਹੇ ਹਾਂ। ਪਰ ਅਸੀਂ ਇਸ ਗੱਲੋਂ ਖੁਸ਼ ਕਿਸਮਤ ਤਾਂ ਸਾਡੇ ਪੰਜਾਬੀ ਨੇ, ਜਿਹੜੇ ਸਾਡਾ ਪੰਜਾਬ ਹੈ ਜਿਹੜਾ ਜਦੋਂ ਲਾਰਡ ਡਲਹੌਜ਼ੀ ਦੇ ਵੇਲੇ 1849 ਦੇ ਵਿੱਚ ਸਾਡੇ ਪੰਜਾਬ ਨੂੰ ਗੁਲਾਮ ਬਣਾਇਆ ਗਿਆ ਸਭ ਤੋਂ ਪਿੱਛੋਂ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਸੋ ਉਹ ਇਸ ਤਰ੍ਹਾਂ ਦੇ ਕੂਟਨੀਤੀ ਰਾਜਨੀਤੀ ਨੇਤਾ ਸੀ ਜਿਹੜੇ ਉਹ ਆਪਣੇ ਉਸਨੇ ਪੰਜਾਬ ਨੂੰ ਆਪਣੀ ਬਹਾਦਰੀ ਦੇ ਨਾਲ ਆਪਣੀ ਸਿਆਣਪ ਦੇ ਨਾਲ ਪੰਜਾਬ ਨੂੰ ਸੰਭਾਲ ਕੇ ਰੱਖਿਆ। ਪਰ ਉਹਨਾਂ ਦੀ ਮੌਤ 1849 ਈਸਵੀ ਦੇ ਵਿੱਚ ਹੋ ਗਈ ਸੀ। ਸੋ 1849 ਈਸਵੀ ਦੇ ਵਿੱਚ 10 ਸਾਲ ਸੀ ਜਿਹੜੇ 1849 ਦੇ ਵਿੱਚ ਉਹਨਾਂ ਦਾ ਰਾਜ ਸੀ ਜਿਹੜਾ ਚੱਲਦਾ ਰਿਹਾ ਖਾਲਸਾ ਰਾਜ। ਬਟ ਫਿਰ ਉਸ ਤੋਂ ਬਾਅਦ 1849 ਦੇ ਵਿੱਚ ਲਾਰਡ ਡਲਹੌਜ਼ੀ ਨੇ ਆਪਣਾ ਜਿਹੜਾ ਅੰਗਰੇਜ਼ਾਂ ਨੇ ਆਪਣਾ ਪੰਜਾਬ ਸੀ ਜਿਹੜਾ ਉਹ ਵੀ ਆਪਣੇ ਰਾਜ ਦੇ ਵਿੱਚ ਸ਼ਾਮਲ ਕਰ ਲਿਆ। ਸੋ ਅਸੀਂ ਆਪਣਾ ਇਤਿਹਾਸ ਦੇ ਵਿੱਚ ਪੜ੍ਹਾਉਂਦੇ ਹਾਂ ਕਿ 1600 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਆਪਣੇ ਕਦਮ ਸੀ ਜਿਹੜੇ ਉਹ ਈਸਟ ਇੰਡੀਆ ਕੰਪਨੀ ਬਣ ਕੇ ਸਾਡੇ ਭਾਰਤ ਦੇ ਵਿੱਚ ਰੱਖ ਲਏ ਸੀ। ਸੋ ਹੌਲੀ ਹੌਲੀ ਵਪਾਰ ਕਰਨ ਦੀ ਸ਼ੁਰੂਆਤ ਤੋਂ ਲੈ ਕੇ ਉਹ ਆਪਣੇ ਪੰਜਾਬ ਦੇ ਮਾਲਕ ਬਣ ਬੈਠੇ। ਉਹਨਾਂ ਨੇ ਦੇਖਿਆ ਕਿ ਜਿਹੜਾ ਪੰਜਾਬ ਸੀ, ਪੰਜਾਬ ਦੇ ਸੋਰੀ ਭਾਰਤ ਸੀ, ਜਿਹੜਾ ਭਾਰਤ ਦੇ ਜਿਹੜੇ ਰਾਜੇ ਸੀ ਉਹ ਆਪਸ ਦੇ ਵਿੱਚ ਜਿਸ ਤਰ੍ਹਾਂ ਲੜਦੇ ਝਗੜਦੇ ਜਾਂ ਰਹਿੰਦੇ ਸੀ, ਉਹਨਾਂ ਨੇ ਸਾਡੀਆਂ ਕਮਜ਼ੋਰੀਆਂ ਨੂੰ ਜਾਣ ਲਿਆ। ਫਿਰ ਉਸ ਤੋਂ ਬਾਅਦ ਸਭ ਤੋਂ ਵੱਡੀ ਉਹਨਾਂ ਨੇ ਨੀਤੀ ਜਿਹੜੀ ਅਪਣਾਈ ਉਹ ਸੀ ਡਿਵਾਈਡ ਐਂਡ ਰੂਲ, ਵੰਡੋ ਤੇ ਰਾਜ ਕਰੋ। ਕਿਸੇ ਨੇ ਉਹਨਾਂ ਨੂੰ ਖਿਤਾਬ ਦੇਣੇ ਸ਼ੁਰੂ ਕਰ ਦਿੱਤੇ ਆਪਣੇ ਨਾਲ ਲਾ ਲਿਆ, ਕਿਸੇ ਨੂੰ ਉਹਨਾਂ ਨੇ ਵਿਰੁੱਧ ਕਰ ਦਿੱਤਾ। ਸੋ ਪਲਾਸੀ ਦੀ ਲੜਾਈ ਅਸੀਂ ਪੜ੍ਹਦੇ ਹਾਂ ਸਾਡੇ ਇਤਿਹਾਸ ਦੇ ਵਿੱਚ, 1757 ਈਸਵੀ ਦੇ ਵਿੱਚ ਜਿਹੜੀ ਅੰਗਰੇਜ਼ਾਂ ਦੀ ਪਹਿਲੀ ਜਿੱਤ ਸੀ, ਲਾਰਡ ਕਲਾਈਵ ਨੇ ਇਸ ਨੂੰ ਜਿੱਤ ਲਿਆ। ਇਸ ਤੋਂ ਬਾਅਦ 1764 ਦੇ ਵਿੱਚ ਬਕਸਰ ਦੀ ਲੜਾਈ ਹੋਈ। ਸੋ ਹੌਲੀ ਹੌਲੀ ਕਰਕੇ ਬੰਗਾਲ, ਬਿਹਾਰ, ਉੜੀਸਾ ਦੀ ਦੀਵਾਨੀ ਪ੍ਰਾਪਤ ਕਰਕੇ ਉਹਨਾਂ ਨੇ ਪੂਰੇ ਭਾਰਤ ਦੇ ਵਿੱਚ ਆਪਣੇ ਪੈਰ ਸੀ ਜਿਹੜੇ ਉਹ ਪਸਾਰ ਲਏ ਸੀ। ਸੋ ਇਸ ਦੇ ਵਿੱਚ ਆਜ਼ਾਦੀ ਸਾਨੂੰ ਕਿਵੇਂ ਮਿਲੀ, ਇਹ ਬਹੁਤ ਹੀ ਲੰਬੀ ਕਹਾਣੀ ਹੈ ਤੇ ਬਹੁਤ ਵੱਡਾ ਇਤਿਹਾਸ ਹੈ ਸਾਡਾ। ਆਜ਼ਾਦੀ ਸਾਨੂੰ ਥਾਲੀ ਦੇ ਵਿੱਚ ਪਰੋਸ ਕੇ ਨਹੀਂ ਮਿਲੀ। ਆਜ਼ਾਦੀ ਦੇ ਵਾਸਤੇ ਸਾਡੇ ਜਿਹੜੇ ਸਿਰਲੱਥ ਯੋਧੇ ਸੀ ਕੋਈ ਇੱਕਾ ਦੁੱਕਾ ਨਹੀਂ, ਪਰ ਉਸ ਦੇ ਵਿੱਚ ਹਜ਼ਾਰਾਂ ਹੀ ਜਿਹੜੇ ਯੋਧੇ ਨੇ ਰਲ ਕੇ ਆਜ਼ਾਦੀ ਦੇ ਦੇਣ ਦੇ ਵਿੱਚ ਸੰਘਰਸ਼ ਸੀ ਜਿਹੜਾ ਉਹ ਕੀਤਾ, ਤਾਂ ਕਰਕੇ 15 ਅਗਸਤ 1947 ਨੂੰ ਸਾਨੂੰ ਆਜ਼ਾਦੀ ਸੀ ਜਿਹੜੀ ਇਹ ਮਿਲੀ। ਸੋ ਉਹਨਾਂ ਦੇ ਵਿੱਚੋਂ ਮੈਂ ਕਿੰਨੇ ਉਹਨਾਂ ਦੀ ਨਾਮ ਲਵਾਂ ਤੇ ਜਿਸ ਦੇ ਵਿੱਚੋਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਉਸ ਦੇ ਵਿੱਚੋਂ ਇੱਕ ਮੈਂ ਜਿਹੜੇ ਮਹਾਨ ਯੋਧੇ ਦੀ ਗੱਲ ਕਰਦੀ ਹਾਂ ਉਹ ਸ਼੍ਰੀ ਊਧਮ ਸਿੰਘ ਦੀ। ਸੋ ਉਸ ਸਮੇਂ ਵਿੱਚ 13 ਅਪ੍ਰੈਲ 1919 ਨੂੰ ਵਿਸਾਖੀ ਆ ਗਈ ਹੈ, ਵਿਸਾਖੀ ਵਾਲੇ ਦਿਨ ਸ਼੍ਰੀ ਊਧਮ ਸਿੰਘ ਨੇ ਜਿਹੜਾ ਇਹ ਸਾਰਾ ਜਿਹੜਾ ਜਲ੍ਹਿਆਂਵਾਲੇ ਬਾਗ ਦੀ ਘਟਨਾ ਸੀ ਉਹਨਾਂ ਨੇ ਆਪਣੇ ਅੱਖੀਂ ਦੇਖੀ। ਉਹ ਕੀ ਘਟਨਾ ਸੀ, ਉਹ ਇੱਕ ਰੋਲਟ ਐਕਟ ਜਿਸ ਨੂੰ ਕਾਲੇ ਕਾਨੂੰਨ ਦਾ ਨਾਮ ਦਿੱਤਾ ਜਾਂਦਾ ਸੀ, ਉਹ ਕਾਲੇ ਕਾਨੂੰਨ ਦੇ ਖਿਲਾਫ ਜਿਹੜੇ ਸਾਡੇ ਜਨਮ ਭਾਰਤੀ ਸੀ ਉਹ ਖਾਸ ਕਰਕੇ ਪੰਜਾਬੀ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਸੀ। ਉਹ ਰੋਲਟ ਐਕਟ ਕੀ ਸੀ, ਕਾਲਾ ਕਾਨੂੰਨ ਕੀ ਸੀ, ਉਹਨਾਂ ਨੇ ਅੰਗਰੇਜ਼ਾਂ ਨੇ ਇੱਕ ਪਤਾ ਪਾਸ ਕਰਤਾ, ਕਾਨੂੰਨ ਪਾਸ ਕਰ ਦਿੱਤਾ ਵੀ ਜਿਸ ਕਿਸੇ ਵੀ ਜਿਹੜਾ ਵੀ ਤੁਹਾਨੂੰ ਕੋਈ ਲੱਗਦਾ ਕਿ ਕੋਈ ਦੇਸ਼ ਦੀਆਂ ਆਜ਼ਾਦੀ ਦੀ ਗੱਲ ਕਰਦਾ ਜਾਂ ਆਜ਼ਾਦੀ ਦੀ ਸਰਗਰਮੀ ਉਸਦੇ ਵਿੱਚ ਕੋਈ ਭੂਮਿਕਾ ਨਿਭਾਉਂਦਾ, ਦੇਸ਼ ਆਜ਼ਾਦੀ ਦੀ ਗੱਲ ਕਰਦਾ, ਉਸ ਨੂੰ ਫੜ ਕੇ ਜੇਲ੍ਹ ਚ ਸੁੱਟ ਦਿਓ, ਨਾ ਉਸਦੇ ਵਿੱਚ ਕੋਈ ਦਲੀਲ, ਨਾ ਕੋਈ ਅਪੀਲ, ਨਾ ਕੋਈ ਵਕੀਲ ਕਰ ਸਕਦਾ। ਤੇ ਉਹ ਤਿੰਨੇ ਚੀਜ਼ਾਂ ਤੋਂ ਬਿਨਾਂ ਬੰਦਾ ਕੀ ਕਰੂਗਾ, ਇਸੇ ਚੀਜ਼ ਦਾ ਵਿਦਰੋਹ ਕਰਨ ਵਾਸਤੇ, ਵਿਦਰੋਹ ਨਹੀਂ ਸ਼ਾਂਤੀ ਦੇ ਨਾਲ ਇਸ ਚੀਜ਼ ਦਾ ਜਿਹੜਾ ਮਤਲਬ ਇਸ ਚੀਜ਼ ਦਾ ਵਿਰੋਧ ਕਰਨ ਵਾਸਤੇ ਜਿਹੜੇ ਭਾਰਤੀ ਲੋਕ ਸੀ ਸਾਡੇ ਉਹ ਇਕੱਠੇ ਹੋਏ ਅੰਮ੍ਰਿਤਸਰ ਜਲ੍ਹਿਆਂਵਾਲੇ ਬਾਗ ਦੇ ਵਿੱਚ।
किसी ने कुछ नहीं पता, एक जो रास्ता उस जान वास्ते वो बंद कर दिता गया। सो जनरल अडवायर ने अपनी मतलब सरप्रस्ती दे विच जिहड़े मिलिट्री वाले या सैनिक हैगे सी उन्होंने मतलब गोलियां दे नाल लोकां नूं की करता भुल्लदा। ਤੇ ਇੱਕ ਖੂਹ ਸੀ ਕਹਿੰਦੇ ਨੇ ਵੀ ਉਹ ਲਾਸ਼ ਅੱਜ ਵੀ ਹੈਗਾ, ਜਲ੍ਹਿਆਂਵਾਲਾ ਬਾਗ ਦੇਖਿਆ ਹੋਣਾ ਕਿਸੇ ਨੇ, ਗਏ ਹੋ ਅੰਮ੍ਰਿਤਸਰ ਕਦੇ? ਤੇ ਜੇ ਨਹੀਂ ਗਏ ਤਾਂ ਜ਼ਰੂਰ ਜਾ ਕੇ ਆਇਓ ਉੱਥੇ। ਤੇ ਉਸ ਦਾ ਖੂਹ ਸੀ ਜਿਹੜਾ ਉਹ ਲਾਸ਼ਾਂ ਦੇ ਨਾਲ ਭਰ ਗਿਆ ਸੀ। ਹਜ਼ਾਰਾਂ ਹੀ ਜਿਹੜੇ ਆਪਣੇ ਪੰਜਾਬੀ ਜ਼ਿਆਦਾਤਰ ਜਾਂ ਲੱਖਾਂ ਮਤਲਬ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਭਾਰਤੀ ਸੀ ਉਹ ਭੁੱਲ ਹੋ ਗਿਆ ਉੱਥੇ, ਉਹਨਾਂ ਨੂੰ ਗੋਲੀਆਂ ਦੇ ਨਾਲ ਵੇ ਦੋਸ਼ੀਆਂ ਨੂੰ ਭੁੱਲ ਦਿੱਤਾ ਗਿਆ। ਸੋ ਅੱਖੀਂ ਕਰ ਦੇਖੀ ਇਹ ਘਟਨਾ ਸ਼੍ਰੀ ਉਧਮ ਸਿੰਘ ਨੇ ਜਿਹੜੇ ਕਿ ਸੁਨਾਮ ਦੇ ਰਹਿਣ ਵਾਲੇ ਸੀ, ਸੁਨਾਮ ਦੇ ਵਿੱਚ ਪੈਦਾ ਹੋਏ ਸੀ, ਪਰ ਮਤਲਬ ਉਹਨਾਂ ਦਾ ਜੋਸ਼ ਸੀ ਜਿਹੜਾ ਉਹ ਆਪਣੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਠੱਠਾ ਮਾਰ ਰਿਹਾ ਸੀ। ਤੇ ਉਹ ਅੰਗਰੇਜ਼ਾਂ ਦੇ ਤਾਂ ਪਹਿਲਾਂ ਹੀ ਖਿਲਾਫ਼ ਸੀ। ਤੇ ਇਸ ਤਰ੍ਹਾਂ ਦੇ ਸਿਲਕ ਸੂਰਮੇ ਜਿਹੜੇ ਉਹਨਾਂ ਨੇ ਫਿਰ 21 ਸਾਲ ਉਡੀਕ ਕਰੇ, ਪੂਰੇ 21 ਸਾਲਾਂ ਬਾਅਦ ਉਹ ਇੰਗਲੈਂਡ ਗਏ। ਲੰਡਨ ਦੇ ਵਿੱਚ ਜਾ ਕੇ ਉਹਨਾਂ ਨੇ ਜਦੋਂ ਵੀ ਜਨਰਲ ਡਾਇਰ ਸੀ ਜਿਹੜਾ ਉਹ ਇੱਕ ਭਾਸ਼ਣ ਦੇ ਰਿਹਾ ਸੀ ਉੱਥੇ, ਉਹਨੇ ਹੀ ਕੱਟ ਦੇ ਵਿੱਚ 1940 ਦੇ ਵਿੱਚ ਉਸ ਨੂੰ ਗੋਲੀਆਂ ਨਾਲ ਭੁੱਲ ਦਿੱਤਾ। ਤੇ ਉਹਨਾਂ ਨੇ ਉਹ ਕੋਈ ਭੱਜੇ ਨਹੀਂ, ਆਪਣਾ ਆਤਮ ਸਮਰਪਣ ਸੀ ਜਿਹੜਾ ਉਹਨਾਂ ਨੇ ਕਰ ਦਿੱਤਾ। ਤੇ ਫਾਂਸੀ ਦਾ ਰੱਸਾ ਸੀ ਜਿਹੜਾ ਉਹਨਾਂ ਨੇ ਹੱਸ ਕੇ ਚੁੰਮ ਲਿਆ ਬੇਟਾ। ਸੋ ਆਜ਼ਾਦੀ ਸਾਡਾ ਕੀ ਫਰਜ਼ ਬਣਦਾ ਹੈ, ਇਹ ਚੀਜ਼ਾਂ ਅਸੀਂ ਬੱਚਿਆਂ ਨੂੰ ਕਿਉਂ ਦੱਸਦੇ ਹਾਂ? ਕਿਉਂਕਿ ਜਿਹੜਾ ਇਤਿਹਾਸ ਹੈ ਉਹ ਕੀ ਹੈ, ਸਾਡੇ ਅਤੀਤ ਦਾ, ਅਤੀਤ ਸਾਡੇ ਬੀਤੇ ਹੋਏ ਸਮੇਂ ਦਾ ਅਧਿਐਨ ਹੈ। ਤੇ ਅਤੀਤ ਅਸੀਂ ਇਤਿਹਾਸ ਕਿਉਂ ਪੜ੍ਹਦੇ ਹਾਂ, ਕਿਉਂ ਦੱਸਦੇ ਹਾਂ ਅਸੀਂ ਤੁਹਾਨੂੰ? ਕਿਉਂਕਿ ਅਸੀਂ ਆਪਣਾ ਭਵਿੱਖ ਬਣਾਉਣਾ ਹੈ, ਅਸੀਂ ਆਪਣੇ ਭਵਿੱਖ ਨੂੰ ਸੰਭਾਲ ਕੇ ਰੱਖਣਾ ਹੈ। ਸੋ ਬੱਚਿਓ ਇਹ ਚੀਜ਼ਾਂ ਆਪਣੀ ਯਾਦ ਰੱਖਣੀਆਂ ਨੇ ਅਸੀਂ। ਤੇ ਵੀ ਜੇ ਉਹ ਇਹ ਨਹੀਂ ਹੈ ਵੀ ਉਹਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ, ਆਪਣੀ ਕੁਰਬਾਨੀ ਦੇ ਦਿੱਤੀ, ਤੇ ਅਸੀਂ ਉਹਨਾਂ ਦੀ ਕੁਰਬਾਨੀਆਂ ਨੂੰ ਭੁੱਲ ਜਾਈਏ, ਅਸੀਂ ਉਹ ਕੰਮ ਕਰੀਏ ਜਿਸ ਦੇ ਨਾਲ ਸਾਡਾ ਦੇਸ਼ ਦੀ ਜਿਹੜੀ ਆਜ਼ਾਦੀ ਹੈ ਬਚੀ ਰਹੇ, ਤੇ ਅਸੀਂ ਉਹਨਾਂ ਦੇ ਰਸਤਿਆਂ ਦੇ ਨਕਸ਼ੇ ਕਦਮਾਂ ਦੇ ਚੱਲਦੇ ਰਹੀਏ। ਧੰਨਵਾਦ।